بسم اللہ الرحمن الرحیم السلام علیکم دوستو امید ہے سب دوست سب بھائی سب سبسکرائبر سب ویورز خیریت نال ہوو دے دوستو کافی دینا تو میرا بڑا دل کردا سی توہاناں گاف شپ لانے تے تے جڑے دوست ماشاءاللہ ساڈی جان نے ساڈے چینل دی شان نے کہ انہاں دے میں تھوڑا جانا ریویو کراں دوستو یہ لوگ ساڈے تواڈی اس چینل دی جان جے اس چینل دی شان جے اللہ پاک سب نو ਖੁਸ਼ ਰੱਖੇ ਅੱਲਾਹ ਪਾਕ ਸਭ ਨੂੰ ਸਿਹਤ ਦੇ ਤੰਦਰੁਸਤੀ ਦੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਅੱਲਾਹ ਪਾਕ ਇੱਜ਼ਤ ਦੇ ਕਿਸੇ ਦਾ ਅੱਲਾਹ ਬਾਗ ਇਹਨਾਂ ਨੂੰ ਮੁਤਾਜ ਨਾ ਕਰੇ ਤੇ ਯਕੀਨ ਮੰਨੋ ਕਿ ਇਹ ਸਾਡੇ ਚੈਨਲ ਦੀ ਜਿਸ ਤਰ੍ਹਾਂ ਕਹਿੰਦੇ ਨਾ ਕਿ ਧੜਕਣਾ ਨੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤੇ ਦੇਖੋ ਦੋਸਤੋ ਸਾਡੇ ਕੋਲ ﺍﻟਫ਼ਾਜ਼ ਨਹੀਂ ਨੇ ਕਿ ਤੁਹਾਡਾ ਸ਼ੁਕਰੀਆ ਅਦਾ ਕਰਨ ਦੇ ਜਿੰਨੀ ਕੋ ਤੁਸੀਂ ਮੁਹੱਬਤ ਦਿੱਤੀ ਹੈ ਇਹ ਜਿੰਨੀ ਕੋ ਤੁਸੀਂ ਮੁਹੱਬਤ ਦੇ ਰਹੇ ਹੋ ਯਕੀਨ ਕਰੋ ਸਭ ਦੋਸਤ ਸਭ ਦੋਸਤ ਇਤਨਾ ਕੋ ਅੱਛਾ ਹੈ ਇਤਨਾ ਕੋ ਅੱਛਾ ਇਤਨਾ ਕੋ ਤਾਉਣ ਕਰ ਰਹੇ ਨੇ ਕਿ ਸਰ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਖੁਸ਼ ਰਹਿਓ ਜਿੰਦੇ ਵਸਤੇ ਰਹਿਓ ਦੁਆਵਾਂ ਹੀ ਜ਼ਰੂਰ ਯਾਦ ਰੱਖਿਓ ਕਿਉਂਕਿ ਇਹ ਦੁਆ ਤਕਦੀਰ ਬਦਲ ਦਿੰਦੀ ਹੈ ਤੇ ਦੁਆ ਫਿਰ ਵੀ ਕਰਿਓ ਅੱਜ ਵੀ 5 6 ਜਨਵਰ ਨੇ ਸਬਦ ਦੇ ਅਫਾਜ਼ ਅਸलम ਸਾਹਿਬ ਦੇ ਨੇ rau samilullah ਸਾਹਿਬ ਦੇ ਨੇ ਹੋਰ ਇੱਕ ਜਿਲ ਮਾਈ ਦਿੱਤੀ ਏ ਉਹ ਵੀ ਅੱਲਾਹ ਪਾਕ ਸਭ ਦੇ ਜਾਨਵਰ ਖੈਰੂ ਆਫਤ ਨਾਲ ਪਹੁੰਚੇ ਦੋਸਤੋ ਬੜੀ ਪਰੇਸ਼ਾਨੀ ਟੈਨਸ਼ਨ ਹੁੰਦੀ ਏ ਕਿ ਖੈਰੂ ਆਫੀਤ ਨਾਲ ਸਭ ਦੀਆਂ ਮੰਨਤਾ ਸਭ ਦੇ ਘਰ ਜਾਣ ਸਾਹ ਵਾਲੀ ਚੀਜ਼ ਹੁੰਦੀ ਏ ਨੇ ਆਪਣੀ ਪੂਰੀ ਕੋਸ਼ਿਸ਼ ਕਰਨੇ ਆ ਤੇ ਬਾਕੀ ਅੱਲਾਹ ਪਾਕ ਬਿਹਤਰ ਕਰੇ ਦਾ ਦੋਸਤੋ ਇਨਸ਼ਾ ਅੱਲਾ ਇਨਸ਼ਾ ਅੱਲਾ ਇਨਸ਼ਾ ਅੱਲਾ ਤੁਹਾਡੀ ਐਸੇ ਤਰ੍ਹਾਂ ਮੁਹੱਬਤ ਰਹੀ ਤੁਹਾਡਾ ਐਸੇ ਤਰ੍ਹਾਂ ਸਾਥ ਰਹਾ ਤੇ ਸਾਡਾ ਚੈਨਲ ਇਨਸ਼ਾ ਅੱਲਾ ਟਾਪ ਤੇ ਜਾਏ ਦਾ ਬਹੁਤ ਸ਼ੁਕਰੀਆ ਜੀ ਖੁਸ਼ ਰਹੋ ਜਿੰਦੇ ਵਸਤੇ ਰਹੋ ਆਪਣੀਆਂ ਦੁਆਵਾਂ ਚ ਐਸੇ ਤਰ੍ਹਾਂ ਦੋਸਤੋ ਯਾਦ ਰੱਖਿਓ ਤੇ ਬਾਕੀ ਇਨਸ਼ਾਅੱਲਾ ਦੋਸਤੋ ਅੱਲਾਹ ਪਾਕ ਬਿਹਤਰ ਕਰੇਦਾ ਅੱਲਾਹ ਪਾਕ ਖੈਰ ਕਰੇਦਾ ਤੇ ਅੱਲਾਹ ਨਿਗੇਬਾਨ ਹੈ ਤੇ ਅਗਲੀ ਵੀਡੀਓ ਤੱਕ ਇਜਾਜ਼ਤ ਚਾਹੁੰਦਾ ਦੋਸਤੋ ਆਪਣੇ ਮੋਹਿਸ਼ੀ ਮੰਡੀ ਟੀਵੀ ਨੂੰ ਲਾਈਕ ਕਰਨਾ ਮਤ ਭੁੱਲਿਓ ਅੱਲਾਹ ਹਾਫਿਜ਼ ਦੁਆਵਾਂ ਯਾਦ ਰੱਖਿਓ ਤੇ ਆਪਣਾ ਖਿਆਲ ਰੱਖਿਓ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ